ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ ਦੋਸਤੋ। ਜਸਨੀਤ ਕੌਰ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਅਕਸਰ ਚਰਚਾ ਦੇ ਵਿੱਚ ਰਹਿੰਦੀ ਹੈ, ਕਈ ਵਾਰੀ ਤਾਂ ਆਪਣੀਆਂ ਵੀਡੀਓਜ਼ ਕਰਕੇ, ਕਿਉਂਕਿ ਉਸ ਦੀਆਂ ਵੀਡੀਓਜ਼ ਇਸੇ ਤਰ੍ਹਾਂ ਦੀਆਂ ਹੁੰਦੀਆਂ ਨੇ ਜੋ ਕਿ ਚਰਚਾ ਦੇ ਵਿੱਚ ਆ ਜਾਂਦੀਆਂ ਨੇ, ਕਈ ਵਾਰ ਆਪਣੇ ਨਵੇਂ ਸਹੇੜੇ ਵਿਵਾਦਾਂ ਕਰਕੇ। ਹੁਣ ਇੱਕ ਨਵਾਂ ਵਿਵਾਦ ਜਸਨੀਤ ਕੌਰ ਦਾ ਸਾਹਮਣੇ ਆਇਆ ਅਤੇ ਉਹ ਇੱਕ ਵਾਰ ਫਿਰ ਜੇਲ੍ਹ ਚਲੀ ਗਈ ਹੈ। ਬਿਲਕੁਲ ਦੋਸਤੋ, ਕੁਝ ਸਮਾਂ ਪਹਿਲਾਂ ਤੁਹਾਨੂੰ ਪਤਾ ਹੀ ਹੈ ਜਸਨੀਤ ਕੌਰ ਦੇ ਉੱਪਰ ਬਲੈਕਮੇਲਿੰਗ ਦਾ ਇੱਕ ਪਰਚਾ ਹੋ ਗਿਆ ਸੀ, ਜਿਸ ਦੇ ਤਹਿਤ ਜਸਨੀਤ ਕਾਫੀ ਦਿਨ ਜੇਲ੍ਹ ਦੇ ਵਿੱਚ ਰਹਿ ਕੇ ਆਈ ਸੀ। ਉਸ ਤੋਂ ਬਾਅਦ ਹੁਣ ਇੱਕ ਵਾਰ ਫੇਰ ਤੋਂ ਨਵਾਂ ਪਰਚਾ ਹੋ ਗਿਆ ਹੈ ਜਸਨੀਤ ਕੌਰ ਦੇ ਉੱਪਰ, ਅਤੇ ਹੁਣ ਇੱਕ ਵਾਰ ਫੇਰ ਤੋਂ ਜੇਲ੍ਹ ਚਲੀ ਗਈ ਹੈ ਜਸਨੀਤ ਕੌਰ। ਜਿਹੜਾ ਪਹਿਲਾ ਮਾਮਲਾ ਜਸਨੀਤ ਕੌਰ ਦੇ ਉੱਪਰ ਦਰਜ ਹੋਇਆ ਸੀ, ਉਹ ਗੁਰਵੀਰ ਗਰਚਾ ਨੇ ਉਹਨਾਂ ਦੇ ਉੱਪਰ ਕਰਵਾਇਆ ਸੀ। ਉਹਨਾਂ ਨੇ ਹੀ ਦੁਬਾਰਾ ਕੰਪਲੇਂਟ ਦਿੱਤੀ ਹੈ ਕਿ ਜਸਨੀਤ ਕੌਰ ਮੈਨੂੰ ਧਮਕੀਆਂ ਦਵਾ ਰਹੀ ਹੈ ਅਤੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਬਾਅਦ ਉਹ ਪੁਲਿਸ ਕੋਲ ਜਾਂਦੇ ਨੇ, ਪੁਲਿਸ ਕੋਲ ਲਿਖਤੀ ਸ਼ਿਕਾਇਤ ਦਿੰਦੇ ਨੇ। ਸ਼ਿਕਾਇਤ ਦੀ ਜਾਂਚ ਕਰਨ ਤੋਂ ਬਾਅਦ ਮਾਮਲਾ ਸਹੀ ਪਾਇਆ ਗਿਆ ਹੈ ਕਿ ਜਸਨੀਤ ਕੌਰ ਉਹਨਾਂ ਨੂੰ ਧਮਕੀਆਂ ਵਗੈਰਾ ਦਵਾ ਰਹੀ ਹੈ, ਜਿਸ ਤੋਂ ਬਾਅਦ ਜਸਨੀਤ ਦੇ ਉੱਪਰ ਨਵਾਂ ਪਰਚਾ ਦਰਜ ਕਰ ਲਿਆ ਗਿਆ ਹੈ। ਪਹਿਲਾਂ ਵੀ ਕਈ ਵਾਰ ਜਸਨੀਤ ਕੌਰ ਦਾ ਵਿਰੋਧ ਹੋਇਆ ਹੈ ਉਸ ਦੀਆਂ ਵੀਡੀਓਜ਼ ਕਰਕੇ, ਕਿਉਂਕਿ ਉਸ ਦੀਆਂ ਵੀਡੀਓਜ਼ ਹੁੰਦੀਆਂ ਇਸੇ ਤਰ੍ਹਾਂ ਦੀਆਂ ਹਨ ਕਿ ਉਹਨਾਂ ਦਾ ਵਿਰੋਧ ਹੁੰਦਾ ਰਹਿੰਦਾ ਹੈ।